ਅੱਜ ਅਸੀਂ ਵੀਡੀਓ ਕਾਲ ਰਾਹੀਂ ਲੱਖਾਂ ਰੁਪਏ ਦੀ ਵਸੂਲੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਾਂਗੇ ਇਸ ਸਕੈਮ ਦਾ ਸ਼ਿਕਾਰ ਸਿਰਫ ਨੌਜਵਾਨ ਨਹੀਂ ਸਗੋਂ ਵੱਡੀ ਉਮਰ ਦੇ ਲੋਕ ਵੀ ਇਸ ਦਾ ਸ਼ਿਕਾਰ ਹੋ ਰਹੇ ਨੇ ਇਸ ਸਕੈਮ ਦਾ ਨਾਮ ਹੈ ਸੈਕਸ ਡੋਟਸ਼ਨ ਕਹਿ ਵਿੱਚ ਫਰਾਡਸ ਸਾਡੇ ਭੋਲੇ ਭਾਲੇ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਸ਼ਿਕਾਰ ਬਣਾਉਂਦੇ ਨੇ ਸਭ ਤੋਂ ਪਹਿਲਾਂ ਜੋ ਇਹਨਾਂ ਦਾ ਮੋਡ ਸਪਰਿੰਡੀ ਹੈ ਇੱਕ ਅਨਨੋਨ ਬੰਦੇ ਵੱਲੋਂ ਤੁਹਾਨੂੰ WhatsApp ਤੇ ਵੀਡੀਓ ਕਾਲ ਆਊਗੀ ਜਦੋਂ ਤੁਸੀਂ ਇਹ ਵੀਡੀਓ ਕਾਲ ਨੂੰ ਅਟੈਂਡ ਕਰੋਗੇ ਤੇ ਉਸ ਵੀਡੀਓ ਨੂੰ ਉਹ ਰਿਕਾਰਡ ਕਰ ਲੈਣਗੇ ਦੂਸਰਾ ਤਰੀਕਾ ਜਿਵੇਂ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਬਹੁਤ ਹੀ ਪ੍ਰਚਲਨ ਆ ਤਾਂ ਸੋਸ਼ਲ ਮੀਡੀਆ ਤੇ ਕੁਝ ਅਨਨੋਨ ਲੇਡੀਜ਼ ਜਾਂ ਜੈਂਟਸ ਤੁਹਾਡੇ ਨਾਲ ਪਹਿਲਾਂ ਫਰੈਂਡਸ਼ਿਪ ਕਰਨਗੇ ਫਰੈਂਡਸ਼ਿਪ ਕਰਨ ਤੋਂ ਬਾਅਦ ਜਦੋਂ ਤੁਹਾਨੂੰ ਤੁਸੀਂ 10-15 ਦਿਨ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਨ ਲਈ ਕੰਫਰਟੇਬਲ ਹੋ ਜਾਓਗੇ ਤਾਂ ਉਹ ਤੁਹਾਨੂੰ ਵੀਡੀਓ ਕਾਲ ਕਰਨ ਲਈ ਸੌਣਗੇ ਜਿਸ ਵਿੱਚ ਉਹ ਵੀ ਨਿਰਵਸਤ ਹੋ ਸਕਦੇ ਨੇ ਤੇ ਤੁਹਾਨੂੰ ਵੀ ਕਰ ਸਕਦੇ ਨੇ ਤੇ ਉਸ ਚੀਜ਼ ਨੂੰ ਉਹ ਆਪਣੀ ਡਿਵਾਈਸ ਦੇ ਵਿੱਚ ਉਸ ਜੀ ਨੂੰ ਰਿਕਾਰਡ ਕਰਨਗੇ ਤੀਸਰਾ ਤਰੀਕਾ ਤੁਹਾਡੇ ਕਿਸੇ ਫਰੈਂਡ ਦੀ ਜਾਂ ਕਿਸੇ ਰਿਲੇਟਿਵ ਦੀ ਆਈਡੀ ਬਣੂਗੀ ਤੇ ਉਹਨਾਂ ਨੂੰ ਇਮਪਰਸਨੇਟ ਕਰਕੇ ਉਹ ਤੁਹਾਡੇ ਨਾਲ ਚੈਟ ਕਰਨਗੇ ਉਸ ਤੋਂ ਬਾਅਦ ਤੁਹਾਡੇ ਨਾਲ ਵੀਡੀਓ ਕਾਲ ਵੀ ਕਰ ਸਕਦੇ ਆ ਤੇ ਤੁਹਾਨੂੰ ਕੁਝ ਨਿਊਡ ਫੋਟੋਸ ਵੀ ਭੇਜ ਸਕਦੇ ਨੇ ਜਿਸ ਦਾ ਉਹ ਸਕਰੀਨਸ਼ਾਟ ਲੈ ਕੇ ਤੁਹਾਨੂੰ ਬਾਅਦ ਵਿੱਚ ਬਲੈਕਮੇਲ ਕਰ ਸਕਦੇ ਨੇ ਸੋ ਇਹਨਾਂ ਵੱਖ-ਵੱਖ ਤਰੀਕਿਆਂ ਨਾਲ ਇਹ ਫਰੌਡਸਟਰਸ ਤੁਹਾਨੂੰ ਆਪਣੀ ਗੱਲਾਂ ਦੇ ਵਿੱਚ ਲਿਆ ਕੇ ਤੁਹਾਡੀ ਜੋ ਵੀ ਵੀਡੀਓ ਕਾਲ ਆ ਉਸ ਨੂੰ ਸਕਰੀਨਸ਼ਾਟ ਕਰਕੇ ਆਪਣੇ ਕਾਸ ਰੱਖ ਲੈਂਦੇ ਨੇ ਜਦੋਂ ਤੁਹਾਡੀ ਪ੍ਰਾਈਵੇਟ ਰਿਕਾਰਡ ਕੀਤੀ ਵੀਡੀਓ ਜਾਂ ਉਹਨਾਂ ਵੱਲੋਂ ਨਿਰਵਸਤ ਹੋ ਕੇ ਬਣਾਈ ਗਈ ਵੀਡੀਓ ਉਹ ਆਪਣੇ ਕੋਲ ਇਸ ਚੀਜ਼ ਦਾ ਡਾਟਾ ਇਕੱਠਾ ਕਰ ਲੈਂਦੇ ਨੇ ਤਾਂ ਸਭ ਤੋਂ ਪਹਿਲਾਂ ਉਹ ਜਦੋਂ ਹੁਣ ਆਪਣਾ ਚਿਹਰਾ ਸਾਫ਼ ਕਰਦੇ ਨੇ ਤਾਂ ਤੁਹਾਨੂੰ ਪਤਾ ਲੱਗਦਾ ਕਿ ਇਹ ਤਾਂ ਤੁਹਾਡੇ ਨਾਲ ਸਕੈਮ ਹੋ ਗਿਆ ਉਹ ਸਭ ਤੋਂ ਪਹਿਲਾਂ ਤੁਹਾਨੂੰ ਡਰਾਉਂਦੇ ਨੇ ਕਿ ਅਸੀਂ ਤੁਹਾਡੀ ਇਹ ਵੀਡੀਓ ਨੂੰ YouTube ਤੇ ਸ਼ੇਅਰ ਕਰਾਂਗੇ ਤੇ ਇਸ ਦੇ ਬਹਾਨੇ ਨਾਲ ਉਹ ਤੁਹਾਡੇ ਤੋਂ ਲੱਖਾਂ ਰੁਪਏ ਦੀ ਡਿਮਾਂਡ ਵੀ ਕਰਦੇ ਨੇ ਅਗਰ ਤੁਸੀਂ ਉਹਨਾਂ ਦੇ ਚਾਂਸੇ ਵਿੱਚ ਆ ਕੇ ਪੈਸਾ ਦੇਣ ਲਈ ਹਾਂ ਕਰ ਦਿੰਦੇ ਹੋ ਤਾਂ ਉਹਨਾਂ ਦੀ ਉਹ ਡਿਮਾਂਡ ਲਗਾਤਾਰ ਵਧਦੀ ਜਾਂਦੀ ਹੈ ਉਹ ਤੁਹਾਡੇ ਤੋਂ ਦੂਸਰੀ ਵਾਰ ਪੈਸੇ ਮੰਗਦੀ ਹੈ ਤੀਸਰੀ ਵਾਰ ਪੈਸੇ ਮੰਗਦੀ ਹੈ ਇਸੇ ਤਰੀਕੇ ਨਾਲ ਉਹਨਾਂ ਦੀ ਡਿਮਾਂਡ ਇਹ ਚੱਲਦੀ ਰਹਿੰਦੀ ਹੈ ਜਦੋਂ ਤੱਕ ਤੁਸੀਂ ਬਿਲਕੁਲ ਗੰਗਾਲ ਨਹੀਂ ਹੋ ਜਾਂਦੇ ਅਗਰ ਤੁਸੀਂ ਉਹਨਾਂ ਦੇ ਸਕੇ ਬਹਿਕਾਵੇ ਵਿੱਚ ਆ ਕੇ ਉਹਨਾਂ ਦੀ ਗੱਲ ਨੂੰ ਨਹੀਂ ਮੰਨਦੇ ਤਾਂ ਉਹਨਾਂ ਦਾ ਦੂਸਰਾ ਹੁੰਦਾ ਕਿ ਉਹ ਤੁਹਾਡੇ ਜਿੰਨੇ ਤੁਹਾਡੇ ਸੋਸ਼ਲ ਮੀਡੀਆ ਪ੍ਰੋਫਾਈਲਸ ਨੇ ਤੁਹਾਡਾ ਫੇਸਬੁੱਕ ਆ ਤੁਹਾਡਾ ਟਵਿੱਟਰ ਆ ਤੁਹਾਡਾ ਇੰਸਟਾਗ੍ਰam ਆ ਇਹਦੇ ਉੱਤੇ ਤੁਹਾਡੇ ਫਰੈਂਡਸ ਐਂਡ ਫਾਲੋਅਰਸ ਦੇਖਦੇ ਆ ਤਾਂ ਕਿ ਤੁਹਾਡੀ ਜਾਣਕਾਰੀ ਵਾਲੇ ਤੁਹਾਡੇ ਨੂੰ ਤੁਹਾਡੇ ਫਰੈਂਡਸ ਨੂੰ ਭੇਜਦੇ ਨੇ ਜਿਸ ਕਾਰਨ ਤੁਹਾਨੂੰ ਇੱਕ ਤਰੀਕੇ ਨਾਲ ਡਾਇਰੈਕਟ ਤੁਹਾਡੇ ਲਿੰਕ ਦੇ ਵਿੱਚ ਜੋ ਫਰੈਂਡਸ ਐਂਡ ਰਿਲੇਟਿਵਸ ਹੁੰਦੇ ਨੇ ਉਹਨਾਂ ਨੂੰ ਇਸ ਚੀਜ਼ ਬਾਰੇ ਜਾਣਕਾਰੀ ਹੁੰਦੀ ਹੈ ਜਿਸ ਦੇ ਡਰ ਦੇ ਮਾਰੇ ਤੁਸੀਂ ਉਹਨਾਂ ਨੂੰ ਪੈਸਾ ਦਿੰਨੇ ਹੋ ਤੇ ਉਹੋ ਡਿਮਾਂਡ ਉਹਨਾਂ ਦੀ ਨੇਵਰ ਐਂਡਿੰਗ ਡਿਮਾਂਡ ਇਦਾਂ ਚੱਲਦੀ ਰਹਿੰਦੀ ਹੈ ਅਗਰ ਤੁਸੀਂ ਫਿਰ ਵੀ ਉਹਨਾਂ ਦੇ ਕਹਿਣੇ ਵਿੱਚ ਨਹੀਂ ਆਉਂਦੇ ਤਾਂ ਜੋ ਇਹਨਾਂ ਦਾ ਤੀਸਰਾ ਮੋਡਸ ਪਰੰਡੀ ਹੈ ਜਿਸ ਵਿੱਚ ਤੁਹਾਨੂੰ ਇੱਕ ਕਿਸੇ ਅਨਨੋਨ ਫੋਨ ਤੋਂ ਕਾਲ ਆਉਂਦੀ ਹੈ ਉਹ ਕੋਲਰ ਆਪਣੇ ਆਪ ਨੂੰ ਕੋਈ ਕਿਸੇ ਹੋਰ ਸਟੇਟ ਦੇ ਕਿਸੇ ਥਾਣੇ ਦਾ ਪੁਲਿਸ ਅਫਸਰ ਦੱਸਦਾ ਵਾ ਤੇ ਉਹ ਤੁਹਾਨੂੰ ਇਸੇ ਲਈ ਡਰਾਉਂਦਾ ਕਿ ਤੁਹਾਡੇ ਖਿਲਾਫ ਇੱਕ ਕੰਪਲੇਂਟ ਆਈ ਆ ਜਿਸ ਵਿੱਚ ਇੱਕ ਲੇਡੀ ਨੇ ਤੁਹਾਨੂੰ ਤੁਹਾਡੇ ਖਿਲਾਫ ਕੰਪਲੇਂਟ ਕੀਤੀ ਆ ਐਂਡ ਉਸ ਵੀਡੀਓ ਦੇ ذریعے ਉਹ ਤੁਹਾਡੇ ਤੋਂ ਕੰਪਰੋਮਾਈਜ਼ ਕਰਦਾ ਵਾ ਕੋਈ ਪੈਸੇ ਡਿਮਾਂਡ ਕਰਦਾ ਜਾਂ ਤੁਹਾਨੂੰ ਬੋਲਦਾ ਕਿ ਉਸ ਲੇਡੀ ਨਾਲ ਤੁਸੀਂ ਕੰਪਰੋਮਾਈਜ਼ ਕਰ ਲਓ ਜੋ ਉਹ ਡਿਮਾਂਡ ਕਰਦੀ ਆ ਉਹ ਮੰਨ ਜਾਓ ਇਸ ਤਰੀਕੇ ਨਾਲ ਅਲੱਗ-ਅਲੱਗ ਤਰੀਕਿਆਂ ਦੇ ਨਾਲ ਉਹ ਤੁਹਾਡੇ ਤੋਂ ਪੈਸਾ ਦੀ ਵਸੂਲੀ ਕਰਦੇ ਨੇ ਤੇ ਜਦੋਂ ਤੁਸੀਂ ਪੈਸੇ ਦੇਣੇ ਸ਼ੁਰੂ ਕਰ ਦਿੰਦੇ ਹੋ ਇਸ ਤਰੀਕੇ ਨਾਲ ਅਮਰitsar ਕਮਿਸ਼ਨਰੇਟ ਵਿਖੇ ਸਾਨੂੰ ਵਿਕਟਮਸ ਜਿਸ ਵਿੱਚ ਉਹਨਾਂ ਨਾਲ ਇਸ ਤਰੀਕੇ ਨਾਲ ਧੋਖਾਧੜੀ ਹੋਈ ਹੈ ਜਦੋਂ ਉਹਨਾਂ ਦਾ ਕੋਈ ਡਾਟਾ ਇਕੱਠਾ ਕਰਕੇ ਉਸ ਤਰੀਕੇ ਦੀ ਵੀਡੀਓ ਉਹਨਾਂ ਨੂੰ ਭੇਜਦਾ ਵਾ ਤਾਂ ਸਾਡੇ ਸਮਾਜ 'ਚ ਇਸ ਚੀਜ਼ ਨੂੰ ਲੈ ਕੇ ਕਈ ਲੋਕ ਬਹੁਤ ਜ਼ਿਆਦਾ ਇੰਬੈਰੈਸਮੈਂਟ 'ਚ ਆ ਜਾਂਦੇ ਨੇ ਉਹ ਕਿਸੇ ਨਾਲ ਉਸ ਚੀਜ਼ ਨੂੰ ਸ਼ੇਅਰ ਨਹੀਂ ਕਰਦੇ ਉਹਨਾਂ ਨੂੰ ਲੱਗਦਾ ਕਿ ਜੇ ਮੈਂ ਇਹ ਕਿਸੇ ਨਾਲ ਸ਼ੇਅਰ ਕਰੂੰਗਾ ਤਾਂ ਮੇਰੀ ਸਮਾਜੀ ਵਿੱਚ ਬੇਇੱਜ਼ਤੀ ਹੋਗੀ ਇਸ ਵਿੱਚ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਤੁਸੀਂ ਇਸ ਕ੍ਰਾਈਮ ਜੋ ਕਿ ਬੜਾ ਹੀ ਪ੍ਰੈਵਲੈਂਟ ਆ ਸਾਡੇ ਇੰਡੀਆ ਦੇ ਵਿੱਚ ਤੁਸੀਂ ਇਸ ਦੇ ਸ਼ਿਕਾਰ ਹੋਏ ਹੋ ਤੁਸੀਂ ਇਸ ਚੀਜ਼ ਦੇ ਵਿਕਟਮ ਹੋ ਅਗਰ ਤੁਹਾਨੂੰ ਇਹੋ ਜੀ ਕੋਈ ਵੀ ਸਮੱਸਿਆ ਹੁੰਦੀ ਆ ਤਾਂ ਤੁਸੀਂ ਇਮੀਡੀਏਟਲੀ ਆਪਣੀ ਫੈਮਿਲੀ ਆਪਣੇ ਲਵਡ ਵਾਂਸ ਐਂਡ ਸਪੈਸ਼ਲੀ ਤੁਸੀਂ ਇਮੀਡੀਏਟਲੀ ਪੁਲਿਸ ਨਾਲ ਸ਼ੇਅਰ ਕਰੋ ਇਸ ਚੀਜ਼ ਲਈ ਤੁਸੀਂ ਪੁਲਿਸ ਨੂੰ 112 ਤੇ ਕਾਲ ਕਰ ਸਕਦੇ ਹੋ ਜਾਂ ਜੋ ਸਾਡਾ ਨੈਸ਼ਨਲ ਸਾਈਬਰ ਕ੍ਰਾਈਮ ਪੋਰਟਲ ਆ ਉਹਦੇ ਉੱਤੇ ਦੱਸ ਸਕਦੇ ਹੋ ਇਹ ਤੁਹਾਡੀ ਕੰਪਲੇਨ ਦੀ ਜੋ ਤੁਹਾਡੀ ਆਈਡੈਂਟੀ ਆ ਉਸ ਨੂੰ ਅਸੀਂ ਗੁਪਤ ਰੱਖਾਂਗੇ ਕਿਸੇ ਨਾਲ ਵੀ ਸ਼ੇਅਰ ਨਹੀਂ ਕਰਾਂਗੇ ਬਾਕੀ ਜਨਰਲੀ ਅਸੀਂ ਇਸ ਚੀਜ਼ ਤੋਂ ਬਚਣ ਲਈ ਪ੍ਰੀਵੈਂਸ਼ਨ ਲਈ ਸਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਆ ਜਿਸ ਵਿੱਚ ਸਭ ਤੋਂ ਪਹਿਲਾਂ ਅੱਜਕੱਲ ਜੋ ਸੋਸ਼ਲ ਮੀਡੀਆ ਦਾ ਯੁੱਗ ਹੈ ਸੋਸ਼ਲ ਮੀਡੀਆ ਇੱਕ ਤਰ੍ਹਾਂ ਦਾ ਸਮੁੰਦਰ ਹੈ ਕਦੇ ਵੀ ਕਿਸੇ ਅਨਨੋਮ ਬੰਦੇ ਨਾਲ ਇੰਟਰੈਕਟ ਨਾ ਕਰੋ ਉਸ ਨਾਲ ਚੈਟ ਨਾ ਕਰੋ ਉਸ ਨਾਲ ਇੰਟਰੈਕਟ ਕਰੋਗੇ ਤਾਂ ਤੁਹਾਨੂੰ ਕਿਸੇ ਸਮੱਸਿਆ ਦੇ ਵਿੱਚ ਅਜੂਜਨਾ ਪੈ ਸਕਦਾ ਵਾ ਦੂਸਰਾ ਅਗਰ ਤੁਹਾਡੇ ਨਾਲ ਕੋਈ ਫਰੈਂਡ ਤੁਹਾਡਾ ਕੋਈ ਆਈਡੀ ਬਣਾ ਕੇ ਤੁਹਾਨੂੰ ਐਡ ਕਰਦਾ ਜਾਂ ਫੋਲੋ ਕਰਦਾ ਵਾ ਤਾਂ ਇਨਸ਼ੋਰ ਕਰੋ ਕਿ ਕੋਈ ਹੋਰ ਬੰਦਾ ਇਮਪਰਸਨਟ ਹੋ ਕੇ ਕਿਤੇ ਆਈਡੀ ਬਣਾ ਕੇ ਤੁਹਾਡੇ ਨਾਲ ਚੈਟ ਤਾਂ ਨਹੀਂ ਕਰ ਰਿਹਾ ਤੀਸਰਾ ਅਗਰ ਤੁਹਾਨੂੰ ਵਟਸਐਪ ਤੇ ਕਿਸੇ ਵੀ ਤਰੀਕੇ ਨਾਲ ਕੋਈ ਅਨਨੋ ਨੰਬਰ ਤੋਂ ਕਾਲ ਆਉਂਦੀ ਆ ਕਦੇ ਵੀ ਵੀਡੀਓ ਕਾਲ ਅਨਨੋ ਨੰਬਰ ਤੋਂ ਅਟੈਂਡ ਨਹੀਂ ਕਰਦੀ ਕਿਉਂਕਿ ਅਸੀਂ ਇਹ ਕਹਿ ਨਹੀਂ ਸਕਦੇ ਕਿ ਵੀਡੀਓ ਕਾਲ ਸਟਾਰਟ ਹੁੰਦੇ ਹੀ ਉਹ ਬੰਦਾ ਕਿਸ ਅਵਸਥਾ ਦੇ ਵਿੱਚ ਹੈ ਸੋ ਉਹ ਤੁਹਾਡੀ ਉਸ ਚੀਜ਼ ਨੂੰ ਰਿਕਾਰਡਿੰਗ ਕਰ ਸਕਦਾ ਹੋ ਚੌਥਾ ਅਗਰ ਤੁਹਾਡੇ ਨਾਲ ਇਸ ਤਰੀਕੇ ਦਾ ਕੋਈ ਵੀ ਸਕੈਮ ਹੋ ਗਿਆ ਤਾਂ ਕਦੇ ਵੀ ਉਹਨਾਂ ਨੂੰ ਪੈਸੇ ਪੇ ਨਾ ਕਰੋ ਕਿਉਂਕਿ ਤੁਸੀਂ ਇੱਕ ਵਾਰ ਜੇ ਪੈਸੇ ਪੇ ਕਰਤੇ ਤਾਂ ਉਹ ਲਾਲਚ ਦੇ ਵਿੱਚ ਉਹਨਾਂ ਦਾ ਉਹ ਪੇਮੈਂਟ ਲੈਣ ਦਾ ਤਰੀਕਾ ਉਹ ਵਧੇ ਜਾਏਗਾ ਨੈਕਸਟ ਅਗਰ ਤੁਹਾਨੂੰ ਕਿਸੇ ਪੁਲਿਸ ਆਫੀਸਰ ਵੱਲੋਂ ਕੋਈ ਧਮਕੀ ਭਰੀ ਕਾਲ ਆਉਂਦੀ ਹੈ ਤਾਂ ਸਮਝੋ ਕਿ ਉਹ ਇੱਕ ਤਰੀਕੇ ਨਾਲ ਸਕੈਮ ਹੀ ਹੈ ਐਂਡ ਉਹ ਜੋ ਤੁਹਾਡੇ ਨਾਲ ਅਸਲ ਸਕੈਮ ਹੋਇਆ ਉਹ ਇਸ ਦਾ ਹਿੱਸਾ ਹੈ ਇਸ ਕਰਕੇ ਇਮੀਡੀਏਟਲੀ ਆਪਣੀ ਲੋਕਲ ਪੁਲਿਸ ਨੂੰ ਇਨਫੋਰਮ ਕਰੋ ਤਾਂ ਕਿ ਅਸੀਂ ਟੈਕਨੀਕਲ ਮਾਹਿਰਾਂ ਦੇ ਆਧਾਰ ਤੇ ਉਸ ਚੀਜ਼ ਦੀ ਤਫਤੀਸ਼ ਕਰੀਏ ਤੇ ਜੋ ਇਹ ਫਰੌਡਸਟਰਸ ਇਹਨੋਂ ਤੱਕ ਪਹੁੰਚ ਕਰਕੇ ਉਹਨਾਂ ਦੇ ਖਿਲਾਫ ਐਫਆਈਆਰ ਰਜਿਸਟਰ ਕਰਕੇ ਉਹਨਾਂ ਨੂੰ ਸਜ਼ਾਵਾ ਦਈ। ਸੋ ਇਸ ਵੀਡੀਓ ਦਾ ਮਕਸਦ ਅੱਜਕੱਲ ਹੋ ਰਹੇ ਆਨਲਾਈਨ ਸੈਕਸਟੋਰਸ਼ਨ ਜਾਂ ਫਿਰ ਹਨੀ ਟ੍ਰੈਪ ਦੇ ਪ੍ਰਤੀ ਆਮ ਲੋਕਾਂ ਨੂੰ ਅਵੇਅਰ ਕਰਨਾ ਸੀਗਾ ਤਾਂ ਕਿ ਤੁਸੀਂ ਖੁਦ ਅਵੇਅਰ ਹੋ ਕੇ ਆਪਣੇ ਪਰਿਵਾਰ ਤੇ ਆਪਣੇ ਰਿਸ਼ਤੇਦਾਰਾਂ ਨੂੰ ਇਹੋ ਜਿਹੀ ਕਿਸੇ ਵੀ ਸਕੈਮ ਤੋਂ ਬਚਾ ਸਕੋ। ਥੈਂਕ ਯੂ ਜੈ ਹਿੰਦ